ਨਹਿਰੀ ਪਾਣੀ ਦੀ ਕਮੀ ਨੂੰ ਲੈ ਕੇ ਕਿਸਾਨ ਹਰ ਪਾਸੇ ਪਰੇਸ਼ਾਨ ਹਨ। ਇਸ ਦੇ ਚਲਦੇ ਹਲਕਾ ਲੰਬੀ ਦੇ ਅਧੀਨ ਦਰਜਨ ਦੇ ਕਰੀਬ ਪਿੰਡ ਦੇ ਕਿਸਾਨਾਂ ਨੇ ਦਿੱਲੀ ਗੰਗਾ ਨਗਰ ਤੋਂ ਦਿੱਲੀ ਨੂੰ ਜਾਣ ਵਾਲੀ ਨੈਸ਼ਨਲ ਹਾਈਵੇ ਰੋਡ ਪਿੰਡ ਕਬਰਵਾਲ ਕੋਲ ਰੋਡ ਜਾਮ ਕਰਕੇ ਨਹਿਰੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਉੱਤੇ ਪੁੱਜੇ ਵਿਭਾਗ ਦੇ SDO ਦੇ ਵੱਲੋਂ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋ ਸਕਿਆ ਅਤੇ ਉਹਨਾਂ ਨੂੰ ਵਾਪਸ ਪਰਤਣਾ ਪਿਆ। ਕਿਸਾਨਾਂ ਦਾ ਰੋਸ ਹੈ ਕਿ ਕਰੀਬ ਇੱਕ ਮਹੀਨੇ ਤੋਂ ਉਹਨਾਂ ਦੀਆਂ ਫਸਲਾਂ ਨੂੰ ਪੂਰਾ ਪਾਣੀ ਨਹੀਂ ਮਿਲਿਆ, ਜਿਸ ਦੇ ਕਾਰਨ ਉਹਨਾਂ ਨੂੰ ਮੋਰਚਾ ਖੋਲ੍ਹਣਾ ਪਿਆ। ਕੀ ਤੁਹਾਡਾ ਨਾਂ ਜੀ, ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਰੋਡ ਜਾਮ ਕੀਤਾ? ਵਾਲਾ ਜੀ, ਅਸੀਂ ਸਰ ਰੋਡ ਤਾਂ ਜਾਮ ਕੀਤੀ, ਤੁਸੀਂ ਦੇਖ ਰਹੇ ਹੋ ਕਿ ਮਲੂਕਾ ਨਹਿਰੀ ਆਪਣੇ ਕੋਲੋਂ ਗੁਜ਼ਰ ਰਹੀ ਹੈ। ਇਹ ਕਬਰ ਵਾਲਾ, ਸਰਾਵਾਂ, ਪੱਕੀ ਟਿੱਬੀ, ਕੱਟਿਆਂ ਵਾਲੀ, ਗੁਰੂਸਰ ਸਾਰੇ ਪਿੰਡਾਂ ਨੂੰ ਗੁਜ਼ਰਦੀ ਹੋਈ ਅੱਗੇ ਹੋਰ ਤੱਕ ਜਾਂਦੀ ਹੈ। ਇਹਦੇ 'ਚ ਮੇਨ ਪ੍ਰੋਬਲਮ ਕੀ ਹੈ ਜੀ ਕਿ ਪਿਛਲੇ 35 ਦਿਨ ਤੋਂ ਇਹ ਸਾਨੂੰ ਮਹਿਕਮਾ ਪਾਣੀ ਨਹੀਂ ਦੇ ਰਿਹਾ, ਕਿਸੇ ਕਿਸਾਨ ਦੀ ਵਾਰੀ ਨਹੀਂ ਲੱਗ ਰਹੀ, ਸਾਡੀ ਜੀਰੋ ਆਪਾਸ਼ੀ ਹੋ ਰਹੀ ਹੈ। ਜਦੋਂ ਇੰਨੀ ਸਖਤ ਔਰ ਦੇ ਵਿੱਚ ਸਾਨੂੰ ਨਹਿਰੀ ਪਾਣੀ ਨਹੀਂ ਮਿਲੇਗਾ ਤਾਂ ਸਾਡੀਆਂ ਫਸਲਾਂ ਸੁੱਕਣਗੀਆਂ, ਨਾਲ ਦੀ ਨਾਲ ਅਸੀਂ ਵੀ ਸੁੱਕਾਂਗੇ। ਇਸ ਕਰਕੇ ਅੱਜ ਅਸੀਂ ਧਈਆ ਕੀਤਾ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾਵੇ, ਅਫਸਰ ਸਾਹਿਬਾਨਾਂ ਦੇ ਕੰਨਾਂ ਤੱਕ ਪਹੁੰਚਾਈ ਜਾਵੇ। ਅੱਜ ਸਰਾਵਾਂ ਬੋਦਲਾਂ, ਕਬਰਵਾਲਾ, ਕੱਟਿਆਂ ਵਾਲੀ, ਗੁਰੂਸਰ ਅਤੇ ਪੱਕੀ ਟਿੱਬੀ ਦੇ ਸਾਰੇ ਕਿਸਾਨ ਇੱਥੇ ਆਣ ਕੇ ਆਪਦੀ ਐਜੀਟੇਸ਼ਨ ਕਰ ਰਹੇ ਆ, ਰੋਸ ਕਰ ਰਹੇ ਆ, ਪ੍ਰਦਰਸ਼ਨ ਕਰ ਰਹੇ ਆ। ਉਹਨਾਂ ਦੇ ਇੱਕ ਦਿਲ ਦੀ ਹੂਕ ਹੈ ਅਤੇ ਸਾਡੀ ਇਹ ਮਹਿਕਮੇ ਤੋਂ, ਸਾਡੀ ਸਰਕਾਰ ਤੋਂ ਮੰਗ ਹੈ ਕਿ ਜਲਦ ਤੋਂ ਜਲਦ ਸਾਡੇ ਮਲੂਕਾ ਨਹਿਰ ਦੇ ਵਿੱਚ ਪੂਰਾ ਪਾਣੀ ਦਿੱਤਾ ਜਾਵੇ ਤਾਂ ਜੋ ਸਾਡੀ ਸਹੀ ਆਪਾਸ਼ੀ ਹੋ ਸਕੇ। ਮਹਿਕਮਾ ਕੀ ਕਹਿ ਰਿਹਾ ਇਸ ਬਾਰੇ? ਮਹਿਕਮਾ ਸਰ, ਉਹ ਸਾਨੂੰ ਉਹਨਾਂ ਦੀ ਗੱਲ ਪਚਦੀ ਨਹੀਂ। ਐਕਸ਼ਨ ਸਾਹਿਬ ਦਾ ਹੁਣੇ ਹੀ ਫੋਨ ਆਇਆ ਸੀ, ਆਪ ਉਹ ਨਾਲੇ ਮੰਨੇ ਨੇ ਕਿ ਤੁਹਾਡੀਆਂ 4-4 ਵਾਰੀਆਂ ਮਰ ਗਈਆਂ। ਜੇਕਰ ਅਸੀਂ ਉਹਨਾਂ ਦੀ ਕਾਰਵਾਈ ਰਜਿਸਟਰ ਦੇਖਿਆ ਜਾਵੇ ਤਾਂ ਸਾਡੀ 5-5 ਵਾਰੀਆਂ ਮਰ ਚੁੱਕੀਆਂ। ਮਹਿਕਮਾ ਕੀ ਕਰ ਰਿਹਾ? ਟਹਿਲੇ ਵਾਲਾ ਹੀ ਕਰ ਰਿਹਾ ਜੀ। ਉਹ ਕਹਿ ਰਿਹਾ ਕਿ ਪਿੱਛੇ ਅਰਨੀ ਵਾਲੇ ਹੈੱਡ 'ਤੇ ਕਿਸਾਨਾਂ ਨੇ ਕਬਜ਼ਾ ਕੀਤਾ ਆ। ਇਹ ਗੱਲ ਸਾਡੇ ਪਚਦੀ ਨਹੀਂ। ਕਿਸਾਨ ਨੂੰ ਕਿਸਾਨ ਨਾਲ ਪੜਾਉਣਾ ਚਾਹੁੰਦੇ ਆ। ਜੇ ਉੱਥੇ ਮੰਨ ਲਓ ਕਿਸਾਨਾਂ ਨੇ ਕਬਜ਼ਾ ਕੀਤਾ ਆ ਤਾਂ ਸੰਵਿਧਾਨਕ ਤੌਰ 'ਤੇ ਉਹਨੂੰ ਸਮਝਾਇਆ ਜਾ ਸਕਦਾ ਹੈ, ਉੱਥੋਂ ਗੇਟ ਖੋਲ੍ਹੇ ਜਾ ਸਕਦੇ ਆ, ਸਾਰਿਆਂ ਨੂੰ ਹਿੱਸਾ ਦਾ ਪਾਣੀ ਮਿਲ ਸਕਦਾ। ਦੂਜੀ ਸਭ ਤੋਂ ਵੱਡੀ ਗੱਲ ਜੀ, ਅਸੀਂ ਤਾਂ ਇਹ ਵੀ ਚਾਹੁੰਦੇ ਹਾਂ ਕਿ ਸਾਡੀਆਂ 5 ਕੰਟੀਨਿਊ ਵਾਰੀਆਂ ਮਰੀਆਂ, ਕਿਉਂ ਨਾ ਇਸ ਦੀ ਵਾਰ ਜੇ ਪਾਣੀ ਦੀ ਕਮੀ ਸੀਗੀ ਤਾਂ ਵਾਰਾਬੰਦੀ ਕਰਕੇ ਸਾਨੂੰ 1 ਹਫ਼ਤੇ ਬਾਅਦ ਤਾਂ ਪਾਣੀ ਫੁੱਲ ਦਿੱਤਾ ਜਾਂਦਾ ਜੀ, ਜਦੋਂ ਕਿ ਉਸ ਨੂੰ ਲੋਅ ਚਲਾਇਆ ਜਾ ਰਿਹਾ, ਜਿਸ ਨਾਲ ਸਰਾਵਾਂ, ਕਬਰਵਾਲਾ, ਕੱਟਿਆਂ ਵਾਲੀ, ਪੱਕੀ ਟਿੱਬੀ, ਗੁਰੂਸਰ, ਜਿੰਨੇ ਸੰਬੰਧਿਤ ਪਿੰਡ ਨੇ ਸਾਰੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਆ ਜੀ। ਅਸੀਂ ਜਿਹੜਾ ਐਡਾ ਮਹਿੰਗਾ ਡੀਜ਼ਲ 100 ਰੁਪਏ ਪਾਰ ਕਰ ਗਿਆ, ਉਸ ਨੂੰ ਫੂਕਿਆਂ ਦੀਆਂ ਫਸਲਾਂ ਪਾਲ ਰਹੇ ਹਾਂ। ਉਲਟਾ ਜਦੋਂ ਅਫਸਰ ਸਾਹਿਬ ਵੇਖਦੇ ਨੇ ਕਹਿੰਦੇ ਤੁਹਾਡੀਆਂ ਫਸਲਾਂ ਹਰੀਆਂ ਭਰੀਆਂ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ 1 ਮਿੰਟ ਦੇ ਵਿੱਚ 100 ਰੁਪਇਆ ਫੂਕ ਕੇ ਫਸਲਾਂ ਪਾਲ ਰਹੇ ਹਾਂ। ਇਸ ਕਰਕੇ ਸਾਡੀ ਬਹੁਤ ਵੱਡੀ ਤਰਾਸਦੀ ਹੈ। ਸਾਡੀ ਸਰਕਾਰ ਤੋਂ ਵੀ ਮੰਗ ਹੈ, ਮਹਿਕਮੇ ਤੋਂ ਵੀ ਮੰਗ ਹੈ ਕਿ ਪੂਰਾ ਪਾਣੀ ਕੀਤਾ ਜਾਵੇ ਅਤੇ ਸਾਡੀ ਸਹੀ ਆਪਾਸ਼ੀ ਕੀਤੀ ਜਾਵੇ। ਜਦ ਤੱਕ ਸਾਨੂੰ ਵਾਅਦਾ ਨਹੀਂ ਕਰਦੇ ਤਦ ਤੱਕ ਅਸੀਂ ਇੱਥੇ ਬੈਠੇ ਰਹਾਂਗੇ, ਕਿਉਂਕਿ ਅਸੀਂ ਤਾਂ ਮਰਨਾ ਹੀ ਮਰਨਾ। ਉੱਥੇ ਘਰੇ ਜਾਂਦੇ ਤਾਂ ਘਰੋਂ ਗਾਲਾਂ ਪੈਂਦੀਆਂ ਕਿ ਤੇਰੀ ਫਸਲ ਮਾੜੀ ਆ, ਇੱਥੇ ਵੀ ਬੈਠਾਂਗੇ ਤਾਂ ਸਾਰੇ ਪਾਸੋਂ ਝਟਕਾਂ ਮਿਲਣੀਆਂ ਕਿ ਤੁਸੀਂ ਰੋਡ ਜਾਮ ਕੀਤਾ। ਇਹ ਸਾਡੀ ਮਜਬੂਰੀ ਹੈ, ਸਾਡੀ ਸਰਕਾਰ ਤੱਕ ਆਵਾਜ਼ ਪਹੁੰਚਾਈ ਜਾਵੇ ਤਾਂ ਸਾਨੂੰ ਪੂਰਾ ਪਾਣੀ ਦਿੱਤਾ ਜਾਵੇ। ਧੰਨਵਾਦ ਹੈ ਜੀ। ਸੋਮਵਾਰ ਰਾਤ ਤੋਂ ਬਾਅਦ ਵਾਦੇ ਨਹਿਰ ਸਾਰੀ ਡਾਊਨ ਹੋ ਜਾਂਦੀ ਹੈ ਜੀ, ਲਗਾਤਾਰ 4 ਵਾਰੀਆਂ ਹੋ ਗਈਆਂ। ਕੀ ਕਾਰਨ ਕੀ ਹੈ ਕੋਈ ਇਹਦੇ ਵਿੱਚ? ਇਹ ਕਾਰਨ ਜੀ ਪਿੱਛੋਂ ਕੋਈ ਹੈਡ ਤੋਂ ਜਾਂ ਕੋਈ ਪਾਣੀ ਵੀ ਕੋਈ ਇਹਦੇ ਵਿੱਚ ਹੈ? ਹੈ ਹੀ ਸਿਆਸੀ ਹੈ ਜੀ ਸਾਰਾ। ਕੀ ਕਾਰਨ? ਸਾਰਾ ਸਿਆਸੀ ਹੈ ਜੀ, ਕਿਉਂਕਿ ਪਿੱਛੋਂ ਅਸੀਂ ਆਏ ਹਾਂ ਜੀ, ਪਿੱਛੋਂ ਪਾਣੀ ਪੂਰਾ ਹੈ ਜੀ। ਰਾਹ ਦੇ ਵਿੱਚ ਸੇਮ ਨਾਲਿਆਂ ਨੂੰ ਵੀ ਪਾਣੀ ਛੱਡਿਆ ਜਾ ਚੁੱਕਿਆ, ਕੁਛ ਏਰੀਆ ਦੇ ਵਿੱਚ ਨਹਿਰਾਂ ਦੇ ਵਿੱਚ ਸਿਆਸੀ ਤੌਰ 'ਤੇ ਦਬਾਅ ਬਣਾ ਕੇ ਇਹਨਾਂ ਨੇ ਪਾਣੀ ਪਿੱਛੇ ਡਿਵਰਟ ਕੀਤਾ ਹੋਇਆ। ਇਸ ਕਰਕੇ ਇਹ ਸਾਡਾ ਜਿਹੜੀ ਸਰਾਵਾਂ ਜੈਲ ਹੈ ਜੀ, ਲੰਬੀ ਦੇ ਹਲਕੇ 'ਚ ਸਰਾਵਾਂ ਜੈਲ ਪੈਂਦੀ ਹੈ ਜੀ। ਇਹਦੇ 'ਚ ਅਸੀਂ ਮਿਲਵਰਤਨ ਨਾਲ ਰਹਿੰਦੇ ਹਾਂ, ਕੋਈ ਸਾਡੀ ਪਾਰਟੀਬਾਜ਼ੀ ਨਹੀਂ, ਪਰ ਇਹ ਲੰਬੀ ਨੂੰ ਟਾਰਗੇਟ ਕੀਤਾ ਜਾ ਰਿਹਾ, ਖਾਸ ਕਰਕੇ ਸਰਾਵਾਂ ਜੈਲ ਨੂੰ। ਸਰਾਵਾਂ ਤੋਂ ਸਟਾਰਟ ਹੋਈ, ਅਸਪਾਲਾਂ ਤੋਂ ਨਹਿਰ ਆ ਰਹੀ ਹੈ ਜੀ ਸਾਡੀ, ਅਸਪਾਲਾਂ, ਸਰਾਵਾਂ, ਕਬਰਵਾਲਾ, ਗੁਰਸਰ, ਪੱਕੀ ਅਤੇ ਕੱਟਿਆਂਵਾਲਾ, ਇਹ ਨਵੇਂ ਪਿੰਡਾਂ ਨੂੰ ਖਾਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਜੀ। ਬਾਕੀ ਕਾਂਗਰਸ ਦੀ ਸਮੁੱਚੀ ਟੀਮ ਦੀ ਕੋਈ ਮਿਲੀ ਭੁਗਤਾ ਜੀ ਇਹਦੇ 'ਚ? ਅਸੀਂ ਮੰਨ ਲਓ ਪੋਲੀਟੀਕਲ, ਕਿਉਂਕਿ ਦੇਖੋ ਜੀ ਨਹਿਰ ਪਿੱਛੋਂ ਆ ਰਹੀ ਹੈ, 50 ਕਿਲੋਮੀਟਰ ਨਹਿਰ ਜਾ ਰਹੀ ਆ, 50 ਕਿਲੋਮੀਟਰ ਦੇ ਵਿੱਚ ਸਿਰਫ 6-7 ਕਿਲੋਮੀਟਰ ਦਾ ਏਰੀਏ ਨੂੰ ਖਰਾਬ ਕਰਨ 'ਤੇ ਹੋਏ ਨੇ ਜੀ। ਸਿਰਫ ਜਿਹੜੇ ਮੋਗੇ ਉੱਚੇ ਹੋਏ ਨੇ, ਸਿਰਫ 5-6 ਕਿਲੋਮੀਟਰ ਦੇ 3 ਪਿੰਡਾਂ ਦੇ ਮੋਗੇ ਉੱਚੇ ਹੋਏ ਆ। ਸਤਿ ਸ਼੍ਰੀ ਅਕਾਲ, ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ।